बटाला के नजदीक बासरपुर में एक विवाहिता औरत की आत्महत्या करने की खबर सामने आई है। मिली जानकारी अनुसार औरत ने रस्सी से फंदा लगाकर अपनी जीवन लीला समाप्त कर ली। ਸਾਨੂੰ ਇੱਕ ਇੰਟੀਮੇਸ਼ਨ ਮਿਲੀ ਸੀਗੀ ਹੋਸਪਿਟਲ ਤੋਂ ਕਿ ਰੁਪਿੰਦਰ ਕੌਰ ਦੀ ਜਿਹੜੀ ਹੈਗੀ ਆ ਸਾਹ ਲੈ ਕੇ ਉਹਦੀ ਜਿਹੜੀ ਆ ਮੌਤ ਹੋਈ ਆ। ਅਸੀਂ ਫਿਰ ਇੱਥੇ ਬਾਸਰਕੀ ਪਿੰਡ ਪਹੁੰਚੇ ਹਾਂ, ਬਾਸਰਪੁਰ ਪਿੰਡ ਪਹੁੰਚੇ ਹਾਂ ਅਤੇ ਅਸੀਂ ਜਿਹੜੀ ਡੈੱਡ ਬੋਡੀ ਆ ਅਸੀਂ ਉਹ ਲੈ ਲਈ ਹੈਗੀ ਆ ਆਪਣੇ ਕਬਜ਼ੇ 'ਚ। ਅੱਗੇ ਹੁਣ ਜੋ ਉਹਨਾਂ ਦੇ ਪੇਰੈਂਟਸ ਆ ਗਏ ਨੇ ਜੋ ਸਟੇਟਮੈਂਟ ਲਿਖਾਉਣਗੇ ਅਤੇ ਅਗਲੀ ਉਹਦੀ ਕਾਰਵਾਈ ਕੀਤੀ ਜਾਏਗੀ। ਮੈਮ ਇਹ 'ਚ ਨੋਟੀਫਾਈ ਹੋਈ ਕੱਲ੍ਹ ਕੀ ਹੋਸਪਿਟਲ ਖੜਿਆ ਗਿਆ ਉੱਥੋਂ ਲੈ ਕੇ ਆਉਣ ਦੀ ਵੀ ਕੋਈ ਗੱਲ ਹੈ? ਹਾਂਜੀ, ਇਹਨਾਂ ਨੇ ਦੱਸਿਆ ਵੀ ਅਸੀਂ ਹੋਸਪਿਟਲ ਲੈ ਕੇ ਗਏ ਸੀ ਅਤੇ ਹੋਸਪਿਟਲ ਵਾਲਿਆਂ ਨੇ ਸਾਨੂੰ ਉੱਥੋਂ ਇੰਟੀਮੇਸ਼ਨ ਦਿੱਤੀ ਜੋ ਸਾਨੂੰ ਇਹਨਾਂ ਨੇ ਨਹੀਂ ਕੋਈ ਵੀ ਉੱਥੋਂ ਫਿਰ ਅਸੀਂ ਉੱਥੇ ਪਹੁੰਚੇ ਪਿੰਡ ਬਾਸਰਪੁਰ। ਮੈਡਮ ਕੀ ਕਾਰਨ ਲੱਗਦੇ ਨੇ ਮੌਤ ਦੇ? ਅਜੇ ਅਸੀਂ ਕੁਛ ਨਹੀਂ ਕਹਿ ਸਕਦੇ, ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਉਸ ਤੋਂ ਬਾਅਦ ਹੀ ਦੱਸਾਂਗੇ ਕੀ ਕਾਰਨ। ਜੋ ਉਹਨਾਂ ਦੇ ਪੇਰੈਂਟਸ ਸਾਨੂੰ ਕੋਈ ਸਟੇਟਮੈਂਟ ਲਿਖਾਉਂਦੇ ਜਾਂ ਅਸੀਂ ਕੋਈ ਤਫਤੀਸ਼ ਕਰ ਰਹੇ ਹਾਂ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਊਗੀ। ਅਸੀਂ ਡੈੱਡ ਬੋਡੀ ਜਿਹੜੀ ਲੈ ਲਈ ਆਪਣੇ ਕਬਜ਼ੇ 'ਚ ਅਤੇ ਹੋਸਪਿਟਲ ਅਸੀਂ ਪੇਸ ਰਵਾਉਣਾ। ਠੀਕ, ਪੋਸਟਮਾਰਟਮ ਓਕੇ। ਭਾਅ ਜੀ ਮਸਲਾ ਸਰ ਸਾਨੂੰ ਕੋਈ ਪਤਾ ਨਹੀਂ ਜੀ ਇਹ ਨਾ ਮਤਲਬ ਜਦੋਂ ਦੀ ਮੈਰਿਜ ਹੋਈ ਹੈ ਨਾ ਇਹਨਾਂ ਦੀ ਕਦੀ ਕੋਈ ਚੀਜ਼ ਮਤਲਬ ਕਦੀ ਬੁਲਟ ਲੈਣਾ ਕਦੀ ਕੋਈ ਚੀਜ਼ ਮਤਲਬ ਇਹ ਮਤਲਬ ਤੰਗ ਪਰੇਸ਼ਾਨ ਕੁੜੀ ਨੂੰ ਬਹੁਤ ਕਰਦੇ। ਕਦੀ ਮੈਨੂੰ ਮੱਝ ਲਿਆਈਏ ਉੱਥੋਂ ਪੱਡਿਆ ਤੋਂ ਜਾ ਕੇ ਫਲਾਨ ਇੱਦਾਂ ਮਤਲਬ ਬਹੁਤ ਜ਼ਿਆਦਾ ਜੀ ਤੰਗੀ ਦਿੰਦੇ ਸੀਗੇ ਲੜਕੀ ਨੂੰ ਇਹ। ਹਾਂਜੀ। ਅਤੇ ਕਿੰਨੇ ਕੁ ਸਾਲ ਹੋ ਗਏ ਵਿਆਹ ਨੂੰ? ਵਿਆਹ ਇਹਨਾਂ ਦਾ ਜੀ 2008 ਸਾਲ 'ਚ ਹੋਇਆ ਜੀ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ? ਨਹੀਂ 2012 ਸਰ। ਤੁਹਾਨੂੰ ਫੋਨ 'ਚ ਕਿੱਦਾਂ ਤੁਹਾਨੂੰ ਪਤਾ ਲੱਗੇ ਕੁੜੀ ਦੀ ਡੈਥ ਹੋਈ? ਸਰ ਇਹਨਾਂ ਦਾ ਨਾ ਇੱਕ ਹੈਗਾ ਗੁਆਂਢ ਵਿੱਚ ਇਹਨਾਂ ਦਾ ਤਾਏ ਦਾ ਬੱਚਾ ਹੀ ਹੈ, ਤਾਏ ਦਾ ਲੜਕਾ, ਉਹਨੇ ਸਾਨੂੰ ਫੋਨ ਕੀਤਾ। ਉਹਨੇ ਨੰਬਰ ਪਤਾ ਨਹੀਂ ਕਿੱਥੋਂ ਲਿਆ, ਇਹਨਾਂ ਕੋਲੋਂ ਲਿਆ ਕਿ ਕਿੱਥੋਂ ਲਿਆ, ਉਹਦੇ ਕੋਲ ਨੰਬਰ ਅਸੀਂ ਨਹੀਂ ਉਹਦੇ ਨਾਲ ਕਦੀ ਮਤਲਬ ਗੱਲਬਾਤ ਕੀਤੀ ਅਤੇ ਉਹ ਡੈਡੀ ਹੋਣਾਂ ਦੇ ਫੋਨ 'ਤੇ ਫੋਨ ਆਇਆ ਵਾ ਵੀ ਇੱਦਾਂ ਮਤਲਬ ਹਰਪਿੰਦਰ ਦੀ ਮੌਤ ਹੋ ਗਈ ਆ ਅਤੇ ਤੁਸੀਂ ਇੱਧਰ ਆਓ। ਹਾਂਜੀ, ਸਰਪੰਚ ਮੇਰੀ ਬੇਟੀ ਬਹੁਤ ਦੁਖੀ ਸੀਗੀ ਅਤੇ ਮਤਲਬ ਰੁਪਿੰਦਰ ਕੌਰ ਦਾ ਨਾਂ ਸੀਗਾ ਅਤੇ ਉਹ ਨਾਲ ਇਹ ਭਾਣਾ ਵਾਪਰਿਆ ਵੀ ਜਦੋਂ ਵਿਆਹੀ ਸੀ ਤੰਗ ਬਹੁਤ ਸੀਗੀ ਅਤੇ ਅੱਜ ਉਹਦੀ ਮੌਤ ਹੋ ਗਈ ਆ। ਜਿਹੜੀ ਉਹਦੀ ਜਾਇਦਾਦ ਸੀ ਮਤਲਬ ਅੱਡ ਕੀਤੀ ਸਹੁਰਾ ਸਾਹਿਬ ਨੇ, ਜਿਹੜੀ ਉਹਦੀ ਜਾਇਦਾਦ ਸੀ ਉਹ ਵਿੱਚੋਂ ਕੁਛ ਤਾਂ ਸਹੁਰਾ ਸਾਹਿਬ ਫਸਲ ਦੇ ਲੈ ਲੈਂਦਾ ਸੀ, ਦੁੱਧ ਬਟਾਲੇ 'ਚ ਪਾਉਂਦੇ, ਦੁੱਧ ਦੇ ਪੈਸੇ ਲੈ ਆਉਂਦਾ ਸੀ ਅਤੇ ਤੰਗ ਹੋ ਗਏ ਸੁਬਦੇ ਤੋਂ ਵੀ ਤੰਗ ਹੋਈ ਅਤੇ ਇਹਨਾਂ ਨੇ ਆਹ ਕੰਮ ਕੀਤਾ। ਮੈਂ ਅੱਗੇ 1 ਲੱਖ ਰੁਪਇਆ ਦਿੱਤਾ ਸੀ ਕਿ ਪੁੱਤ ਕੋਈ ਗੱਲ ਨਹੀਂ ਤੂੰ ਪਰੇਸ਼ਾਨ ਨਾ ਉਹ ਪੈਸੇ ਲੈ ਜਾ ਅਤੇ ਪਰ ਕੋਈ ਮਸਲਾ ਹੱਲ ਨਹੀਂ ਗਾ ਹੋਇਆ ਅਤੇ ਅੱਜ ਉਹਦੀ ਮੌਤ ਕਰ ਦਿੱਤੀ ਇਹਨਾਂ ਨੇ। ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ? ਜਾਣਕਾਰੀ ਸਾਨੂੰ ਨਹੀਂ, ਫੋਨ ਗਿਆ 4 ਵਜੇ ਕਿ ਤੁਹਾਡੀ ਬੇਟੀ ਦੀ ਮੌਤ ਹੋ ਗਈ ਆ। ਮੈਂ ਕਿਹਾ ਕਿ ਨਹੀਂ ਹੋਈ, ਮੈਂ ਕਿਹਾ ਕੌਣ ਬੋਲਦੇ ਹੋ? ਇਹਨੇ ਬੰਦੇ ਨੇ ਬੋਲਿਆ ਵੀ ਮੈਂ ਲਾਡੀ ਬੋਲਦਾ, ਦੂਰੇ ਫੋਨ ਕੱਟ ਕੇ ਲਾਇਆ ਮੈਂ ਬੋਲਦਾ, ਮੈਂ ਕਿੱਦਾਂ ਹੋ ਗਈ ਆ? ਉਹਨੇ ਮੈਨੂੰ ਦੱਸਿਆ ਨਹੀਂ, ਫੋਨ ਕੱਟ ਦਿੱਤਾ, ਕਹਿੰਦਾ ਪੁਲਿਸ ਮੌਤ ਹੋ ਗਈ ਇੰਨੀ ਗੱਲ ਕਹਿ ਕੇ। ਅਤੇ ਮੈਂ ਫਿਰ ਮੋਟਰਸਾਈਕਲ ਮੇਰੇ ਕੋਲ ਹੀ, ਮੈਂ ਰੱਬੀ ਖਲੋਤਾ ਘਰ ਗਿਆ ਹਜੇ ਅਤੇ ਆਉਂਦਿਆਂ ਨੂੰ ਮੇਰੇ ਜਾ ਮੈਂ ਇੱਥੇ ਆ ਕੇ ਆਉਂਦਿਆਂ ਨੂੰ ਮੰਜੇ 'ਤੇ ਪਾਈ। ਵਿਆਹ ਨੂੰ 12 ਸਾਲ ਹੋ ਗਏ ਜੀ। ਕਿੰਨੀ ਉਮਰ ਸੀਗੀ ਉਹਦੀ? ਉਮਰ ਇਹਦੀ 35 ਸਾਲ ਹੋਣੀ ਜੀ। 35? ਹਾਂਜੀ। ਬੱਚੇ ਕਿੰਨੇ ਸੀ? ਬੱਚੇ 2 ਸੀ ਜੀ, ਲਟਕੇ ਸੀ, ਇੱਕ ਲਟਕਾ ਇਹਨਾਂ ਦੇ ਕੋਲ ਹੀ, ਇੱਕ ਇਹਨਾਂ ਦੀ ਲਟਕੀ ਜਿਹੜੀ ਇਹਨਾਂ ਦੀ ਘਰ ਵਾਲਿਆਂ ਦੀ ਲਟਕੀ ਸੀ, ਮਹਿਤੇ ਵਿਆਹੀ ਸੀ, ਉਹਦਾ ਬੇਟਾ ਬੱਚਾ ਨਹੀਂ ਹੁੰਦਾ। ਉਹ ਬੱਚਾ ਇਹਨਾਂ ਨੇ 4 ਦਿਨ ਦਾ 5 ਦਿਨ ਦਾ ਇਹਨਾਂ ਨੇ ਆਪਣੀ ਲਟਕੀ ਨੂੰ ਦੇ ਦਿੱਤਾ ਇਹਦੇ ਕੋਲ ਖੋ ਕੇ ਅਤੇ ਇਹਨੇ ਫਿਰ ਦਿਲ ਤੇ ਨਹੀਂ ਜਾਂਦੀ ਵੀ ਚੱਲ ਕੋਈ ਨਹੀਂ ਟਾਈਮ ਪਾਸ ਹੋਊਗਾ, ਮੈਂ ਟਾਈਮ ਪਾਸ ਕਰਨਾ। ਅਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਅਸੀਂ ਕਰਦੇ ਜੀ ਇਹਨਾਂ ਦੇ ਮਤਲਬ ਪਰਚਾ ਹੋਣਾ ਚਾਹੀਦਾ ਵਾ, ਜਿੱਦਾਂ ਹੋਣ ਡੀਆਂ ਤਾਂ ਇੱਦਾਂ ਘਰ ਘਰ ਹੋਣਗੀਆਂ ਜੀ, ਫਿਰ ਸਭ ਧੀਆਂ ਭੈਣਾਂ ਮਰ ਜਾਣਗੀਆਂ, ਮਾਰ ਦੇਣਗੇ ਲੋਕ। ਅਤੇ ਇਹਦੇ ਇਹਦੇ ਇਹਨੂੰ ਤੁਹਾਡੀ ਬੇਟੀ ਨੂੰ ਤੰਗ ਕੌਣ ਕਰਦਾ ਸੀ? ਤੰਗ ਸਹੁਰਾ ਵੀ ਕਰਦਾ ਸੀ ਅਤੇ ਆਪਣਾ ਘਰ ਵਾਲਾ ਤਾਂ ਜ਼ਿਆਦਾ ਤੰਗ ਕਰਦਾ। ਕੀ ਨਾਮ ਕੀ ਉਹਨਾਂ ਦਾ? ਉਹਨਾਂ ਦਾ ਗੁਰਪ੍ਰੀਤ ਸੀ। ਅੱਛਾ ਜੀ। ਹਾਂਜੀ, ਘਰ ਵਾਲੇ ਦਾ। ਅਤੇ ਸਹੁਰਾ ਸਾਹਿਬ ਦਾ ਬਲਿੰਦਰ ਸਿੰਘ ਆ ਅਤੇ ਭਰਾ ਜੀ ਲਾਗੇ ਉਹਨੇ ਦੁਕਾਨ ਪਾਈ ਆ, ਉਹਦਾ ਨਾਂ ਆ ਗਿਆ ਹੈਗਾ ਜੀ ਉਹ ਪਹਿਲਾਂ ਆ ਗਿਆ ਗੁਰਮੁਖ ਸਿੰਘ, ਉਹਦਾ ਨਾਂ ਗੁਰਮੁਖ ਸਿੰਘ ਜੀ। ਠੀਕ ਹੈ ਬਾਪੂ। ਹਾਂਜੀ, ਥੈਂਕ ਯੂ।